ਸੋ ਹਾਂਜੀ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਆ ਤੇ ਚਾਰੇ ਅਸੀਂ ਇਹ ਗੱਡੀ ਚਲਾ ਰਹੇ ਇਹ ਨਹੀਂ ਇੱਧਰ ਵੇਖ ਸਕਦਾ ਤੇ ਇਹ ਬੰਦੇ ਜਿਹੜੇ ਵਿੱਚ ਬੈਠੇ ਹੋਏ ਨਾ ਦੋਵੇਂ ਇਹਨੇ ਫੋਨ ਲਾ ਲਿਆ ਵਿੱਚ ਉਹ ਫੋਨ ਲੱਗੀ ਜਾਵੇ ਕੋਈ ਚੱਕਰ ਨਹੀਂ ਅੱਜ ਦਾ ਵਲੌਗ ਬੜਾ ਸਪੈਸ਼ਲ ਮੰਮੀ ਲਈ ਸਰਪ੍ਰਾਈਜ਼ ਯੈਸ ਤੇ ਅੱਜ ਇਹ ਮੋਟੇ ਨੇ ਸਾਡੇ ਨੂੰ ਬੜੀ ਅੱਗ ਲੱਗੀ ਟੈਟੂ ਬਣਾਉਣਾ ਮੈਂ ਕਿਹਾ ਫਿਰ ਬਣਾ ਚਾਹੀਦਾ ਫਿਰ ਇਹ ਕਹਿੰਦਾ ਮੈਂ ਮੰਮੀ ਦਾ ਬਣਾਉਣਾ ਟੈਟੂ ਤੇ ਉੱਥੇ ਜਾ ਕੇ ਵੇਖਦੇ ਨੇ ਪਿੰਦਰ ਨੇ ਵੀ ਬਣਾਉਣਾ ਵਾ ਇਹਨੇ ਵੀ ਬਣਾਉਣਾ ਵਾ ਆਪਾਂ ਨੇ ਬਣਾਉਣਾ ਪਰ ਆਪਣੇ ਦਿਸਣਾ ਨਹੀਂ ਰੰਗ ਬੜਾ ਖਾਲਾ ਕੀ ਕਰਾਂ ਹੁਣ ਚੰਦਰਾ ਰੱਬ ਨੇ ਰੰਗ ਮੈਨੂੰ ਕਾਲਾ ਦਿੱਤਾ ਜਿਹਦਾ ਮੇਰਾ ਗੋਰਾ ਹੁੰਦਾ ਨਾ ਕਿਤੇ ਰੰਗ ਮੈਂ ਸਾਰੀ ਸਰੀਰ ਦੇ ਟੈਟੂ ਪਵਾ ਲੈਣੇ ਸੀ ਬਾਕੀ ਤੁਸੀਂ ਵੇਖਿਓ ਕਿਵੇਂ ਦਾ ਮਾਹੌਲ ਚਲੋ ਹੁਸ਼ਿਆਰਪੁਰ ਦੀ ਧਰਤੀ ਤੇ ਚੱਲੇ ਅੱਜ ਅਸੀਂ ਤੇ ਤੁਹਾਡੇ ਨਾਲ ਸਰਪ੍ਰਾਈਜ਼ ਦੇਣਾ ਮਾਤਾ ਨੂੰ ਸਰਪ੍ਰਾਈਜ਼ ਹਾਂ ਤੇ ਤੁਹਾਡੇ ਨਾਲ ਲਵ ਯੂ ਅੰਨੇ ਵਾ ਅੱਜ ਮਾਤਾ ਨੂੰ ਦੱਸ ਕੇ ਨਹੀਂ ਆਏ ਤੇ ਤਿੰਨ ਚਾਰ ਫੋਨ ਆ ਗਏ ਕੁੱਤਿਆਂ ਨੂੰ ਕਹਿੰਦੀ ਕਿੱਥੇ ਨਿਕਲ ਕੇ ਮਾਰਾ ਕਰਦੀ ਕਰਨਾ ਤੇ ਐਡੇ ਨਾਲ ਤੂੰ ਕੱਟ ਜੇ ਮਰਾ ਮੈਂ ਤੇਰੇ ਦੰਦ ਤੋੜ ਦੂੰ ਨਾ ਉਹਦਾ ਲੋੜ ਤੋਂ ਵੱਧ ਦਿਮਾਗ ਚਲਾਇਆ ਕਰ ਨਾ ਚਲਾਇਆ ਕਰ ਬਦਤਮੀਜੀ ਕਰਦਾ ਤੂੰ ਜਾਣ ਕੇ ਰਫ ਡਰਾਈਵਰੀ ਨਾ ਘੜੇ ਮੀਂਹ ਪੈਣ ਲਾ ਪਿਆ ਮੌਸਮ ਇਸ ਮੌਸਮ ਯੋ ਮੈਨ ਟਕਾਲੇ ਰੋਡ ਮੀਂਹ ਬਰਸਾਦੇ ਜੋਰ ਜੋਰ ਪਾਲੇ ਪਾਲੇ ਕਣਾ ਚੋਨਾ ਪੱਕਣ ਵਾਲਾ ਬਣਾਵਾ ਨਹੀਂ ਭਾਈ ਨਹੀਂ ਭਾਈ ਮੀਂਹ ਨਾ ਪਾਚੋ ਨਾ ਆਪਣੇ ਚੋਨਾ ਪੱਕਣ ਵਾਲਾ ਭਾਜੀ ਮੱਥੇ ਦੇ ਸਵਾਲ ਨਹੀਂ ਦੇ ਆਲੂ ਦੇ ਸਾਰੇ ਕਿਸਾਨ ਭਰਾਵਾਂ ਬਦਲਾ ਕਰੀਆਂ ਮੀਂਹ ਨਾ ਭਾਜੀ ਹੋਰ ਸਾਰੇ ਠੀਕ ਠਾਕ ਜੇ ਆਪਦਾ ਹਾਲ ਚਾਲ ਜਰੂਰ ਦੱਸਿਆ ਕਰੋ ਭਾਜੀ ਤੇ ਭਾਜੀ ਤੁਸੀਂ ਹੋਰ ਕਿੱਥੋਂ ਕਿੱਥੋਂ ਇਹ ਵੀ ਦੱਸਿਆ ਕਰੋ ਕਿੱਥੇ ਕਿੱਥੇ ਸਾਨੂੰ ਵੇਖ ਰਹੇ ਇਹ ਪਤਾ ਤਾਂ ਲੱਗਣਾ ਚਾਹੀਦਾ ਨਾ ਭਾਜੀ ਚਲੋ ਵਲੌਗ ਵੇਖ ਲੈਣਾ ਇੱਕ ਹੀ ਬੇਨਤੀ ਆ ਭਾਈ ਬੈਲ ਪੱਟ ਕੇ ਘਰੇ ਲੈ ਜਾਓ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਚੋ ਨਜ਼ਾਰੇ ਆ ਬਾਈ ਜਾਨ ਆਪਣਾ ਇੰਗਲੈਂਡ ਤੋਂ ਅਭੀ ਅਭੀ ਆਪਣਾ ਬਾਈ ਜਾਨ ਇੰਗਲੈਂਡ ਤੋਂ ਇਹਦਾ ਵੀ ਕੁੜਤਾ ਪਜਾਮਾ ਲੈ ਕੇ ਅੱਜ ਪਹਿਲਾਂ ਇਹਨੇ ਲੇਟ ਕਰਾਇਆ ਸਾਨੂੰ ਇਹਦੇ ਕੁੜਤੇ ਪਜਾਮੇ ਲੈ ਕੇ ਦਿੱਤੇ ਯੂਕੇ ਮੈਂ ਯੂਕੇ ਬ੍ਰੋ ਆ ਯੂਕੇ ਵਾਲਾ ਬ੍ਰੋ ਤੇ ਬਾਕੀ ਭਾਜੀ ਉੱਥੇ ਜਾਂਦੇ ਜਾਂਦੇ ਤੁਹਾਨੂੰ ਦਿਖਾਉਣੇ ਆ ਕੀ ਸਮਾਚਾਰ ਕਿੱਦਾਂ ਗੱਲਬਾਤ ਕੀ ਅਸੀਂ ਹੁਸ਼ਿਆਰਪੁਰ ਪਹੁੰਚ ਚੁੱਕੇ ਆ ਭਾਜੀ ਟਾਈਮ ਕਾਫੀ ਲੱਗ ਗਿਆ ਟਾਈਮ ਪਤਾ ਨਹੀਂ ਕਿੰਨਾ ਲੱਗਿਆ ਵੈਸੇ ਮੈਨੂੰ ਟਾਈਮ ਤਾਂ ਗੱਲ ਲੱਗਾ ਹੀ ਲੱਗਾ ਤੇ ਤੂੰ ਬੱਸ ਯਾ ਤੂੰ ਸ਼ਕਰਕੰਦੀ ਖਾ ਗਈ ਹਾਂ ਭਾਈ ਇੰਨੀ ਚਵਲ ਮਾਰੀ ਨੇ ਸ਼ਕਰਕੰਦੀ ਦੇ ਤਿੰਨ ਮਿਰਚਾਂ ਦੇ ਚਮਚੇ ਪਵਾ ਤੇ ਦੁੱਧ ਪੀ ਪੀ ਵੀ ਨਹੀਂ ਹਟੀਆਂ ਹਾਂ ਪਤਾ ਨਹੀਂ ਸਵੇਰੇ ਕੀ ਹੋਣਾ ਸਾਡਾ ਹਾਲ ਸਾਰਿਆਂ ਦਾ ਇਹਨੂੰ ਵੀ ਅਗਰ ਫੋਟੋਆਂ ਦੀ ਅੱਗ ਲੱਗੀ ਤੂੰ ਹੀ ਬੰਦ ਕਰਾ ਦੇ ਮੈਂ ਨਹੀਂ ਭਾਈ ਉਹਨੇ ਭਾਈ ਐਵੇਂ ਚਲ ਇੱਕ ਮਿੰਟ ਰੁਕੋ ਭਾਈ ਬੈਕ ਕੈਮਰਾ ਦਿਖਾਉਣਾ ਤੁਹਾਨੂੰ ਕਿੱਥੇ ਆ ਭਾਈ ਦਾ ਉਹ ਲਓ ਭਾਜੀ ਆ ਗਿਆ ਉਹ ਆ ਗਿਆ ਟੈਟੂ ਮੂਡ ਉਹ ਭਾਜੀ ਟੈਟੂ ਮੂਡ ਦੇ ਦੇਣਾ ਟੈਟੂ ਮੂਡ ਹੁਸ਼ਿਆਰਪੁਰ ਪਹੁੰਚ ਚੁੱਕੇ ਆ ਕਹਿੰਦੇ ਜਿੱਥੇ ਸਾਰੇ ਜਵਾਕ ਬਹੁਤ ਹੁਸ਼ਿਆਰ ਨਿਕਲਦੇ ਆ ਕਹਿੰਦੇ ਤੇ ਉਦਾਂ ਹੀ ਬਾਈ ਟੈਟੂ ਵਾਲਾ ਵੀ ਬਹੁਤ ਹੁਸ਼ਿਆਰ ਆ ਪਰ ਬਾਈ ਕੋ ਉੱਥੇ ਪਹੁੰਚਣ ਲਈ ਆਪਣਾ ਇੱਧਰ ਦੀ ਪੌੜੀਆਂ ਵੱਲ ਦੀ ਜਾਣਾ ਪੈਣਾ ਤੇ ਜਿੱਦਾਂ ਕਿ ਸਾਨੂੰ ਆਹ ਬਾਈ ਜਾਣ ਅੱਗੇ ਤੁਰੇ ਜਾਂਦੇ ਲਾਲ ਸ਼ਰਟ ਵਾਲੇ ਬਾਈ ਜਾਣ ਗਾਰਡ ਕਰਨਗੇ ਗਾਈਡ ਤੇ ਪਿੱਛੇ ਸਾਡਾ ਸਰਪੰਚ ਸਾਹਿਬ ਸਰਪੰਚ ਆ ਰਮਾਲ ਵਲੇਟਣਾ ਚੰਗੀ ਤਰ੍ਹਾਂ ਪਿੰਦਰ ਹੋਣੀ ਵੀ ਬੋਲਦੇ ਹੋਏ ਪਿੰਦਰ ਹੋਣਾਂ ਨੂੰ ਹੁਣ ਸਾਹ 'ਚ ਸਾਹ ਆਏ ਆ ਥੋੜ੍ਹੇ ਜਿਹੇ ਕਿ ਇਹਨਾਂ ਨੂੰ ਮਿਰਚਾਂ ਜ਼ਿਆਦੀਆਂ ਖਵਾ ਦਿੱਤੀਆਂ ਗਈਆਂ ਸੀ ਇਹਨਾਂ ਨੇ ਬਹੁਤ ਗਾਲਾਂ ਕੱਢੀਆਂ ਬਹੁਤ ਜਲੀਲ ਕੀਤਾ ਮੈਨੂੰ ਅਤੇ ਟੈਨਸ਼ਨ ਨਾਲ ਬਾਅਦ ਤੋਂ ਆਪਾਂ ਜਦੋਂ ਚੜ ਗਏ ਇੱਥੋਂ ਘੁੰਮ ਕੇ ਉਹ ਸਾਹਮਣੇ ਬਾਈ ਜਾਨ ਖੜ੍ਹੇ ਮੋਟੇ ਕੋਕ ਬਾਅਦ 'ਚੋਂ ਵੀਰ ਪਹਿਲਾਂ ਵੀਰ ਨਾਲ ਗੱਲ ਕਰ ਲਾ ਤੇ ਵੀਰ ਸਿਲੈਕਟ ਕਰਾਉਣ ਲੱਗਾ ਵੀਰ ਡਿਜ਼ਾਇਨ ਦਿਖਾ ਰਿਹਾ ਵਾ ਕੱਢਿਓ ਵੀਰ ਜਿਹੜਾ ਆਪਾਂ ਭੇਜਿਆ ਸੀ ਵਿਖਾਇਓ ਮਾੜਾ ਜਿਹਾ ਇਹਨੂੰ ਤੁਸੀਂ ਭਾਈ ਮੈਨੂੰ ਆਹ ਭੇਜਿਆ ਸੀਗਾ ਕਿਹੜਾ ਜੀ ਆਪਣੀ ਫੋਟੋ ਸੀਗੀ ਸਿਲੈਕਟ ਹਾਂਜੀ ਹਾਂਜੀ ਇਹ ਹਾਂਜੀ ਠੀਕ ਹੈ ਤੇ ਹੁਣ ਇਹਨਾਂ ਦਾ ਐਡਿਟ ਕਰਨ ਤੋਂ ਬਾਅਦ ਤੇ ਆਹ ਡਿਜ਼ਾਈਨ ਸਾਡਾ ਪ੍ਰੋਪਰ ਹੋ ਰਿਹਾ ਆਹ ਡਿਜ਼ਾਈਨ ਇਹ ਮੋਟੇ ਦੀ ਬਾਹ ਤੇ ਆ ਜਾਏਗਾ ਪੂਰਾ ਬਹੁਤ ਮੋਟੀ ਬਹੁਤ ਆ ਭਾਵੇਂ ਹੋਰ ਥਾਂ ਵੱਧ ਜਾਣਾ ਜਿੱਦਾਂ ਉਰਲੇ ਪਾਸੇ ਕੋਠੀ ਪਾਲ ਕੇ ਹੁਣ ਹੋਰ ਆ ਭਾਈ ਬਾਬਾ ਥਾਂ ਬਣ ਜਾਂਦਾ ਵਾ ਪਿੰਦਾ ਬਸ ਇਹ ਚਲੋ ਇਹਦਾ ਕਰੋ ਸਿਲੈਕਟ ਤੇ ਵੀਰ ਜੀ ਕਿੰਨੇ ਟਾਈਮ ਲੱਗਣਾ ਆਪਾਂ ਨੂੰ ਪ੍ਰੋਸੈਸ ਆਪਣਾ ਜੀ ਇਹਦਾ ਵੀ ਤੁਹਾਡਾ ਉਹੀ 4 ਤੋਂ 5 ਘੰਟੇ ਤੱਕ ਕਿੰਨਾ ਟਾਈਮ ਹੋ ਗਿਆ ਭਾਜੀ ਆਪਾਂ ਟੈਟੂਆਂ ਦਾ ਕੰਮ ਕਰਦੇ ਨੂੰ 500 ਨਹੀਂ ਕਈ ਲੋਕਾਂ ਨੂੰ ਬੜੀ ਟੈਨਸ਼ਨ ਹੁੰਦੀ ਕਿ ਸਕਿਨ ਇਨਫੈਕਸ਼ਨ ਹੋ ਜਾਂਦੀ ਕੜਾ ਹਨਾ ਉਹ ਮਾੜਾ ਹੀ ਕਰੋ ਕਲੀਅਰ ਗੱਲ ਸਕਿਨ ਇਨਫੈਕਸ਼ਨ ਤਾਂ ਹੁੰਦੀ ਹੈ ਭਈ ਜੇ ਮਤਲਬ ਆਪਣਾ ਕੋਈ ਚੀਜ਼ ਜਿਹੜੇ ਟੈਟੂ ਨੂੰ ਯੂਜ਼ ਕਰਦੇ ਹਾਂ ਹਾਂ ਵਧੀਆ ਤਰੀਕੇ ਦੇ ਨਾਲ ਹੋਵੇ ਚੀਜ਼ ਸਭ ਮਾੜੀ ਹੋਵੇ ਉੱਥੇ ਹੁੰਦੀ ਵੀ ਆ ਸਕਿਨ ਇਫੈਕਟ ਹੁੰਦਾ ਵਾ ਤੇ ਇੱਕ ਆਪਣੀ ਆਫਟਰ ਕੇਅਰ ਜਿਹੜੀ ਹੁੰਦੀ ਹੈ ਆਫਟਰ ਕੇਅਰ ਜਿੱਦਾਂ ਕਲਾਇੰਟ ਨੇ ਜਿੱਦਾਂ ਆਫਟਰ ਕੇਅਰ ਕਰਨੀ ਹੁੰਦੀ ਉਹ ਵਧੀਆ ਤਰੀਕੇ ਨਾਲ ਕੀਤੀ ਹੋਵੇ ਹਨਾ ਕੋਈ ਸਕਿਨ ਨੂੰ ਇਫੈਕਟ ਨਹੀਂ ਹੁੰਦਾ ਮਤਲਬ ਕੇਅਰ ਪ੍ਰੋਪਰ ਕਰਨੀ ਜ਼ਰੂਰੀ ਹੁੰਦੀ ਧਿਆਨ ਰੱਖਣਾ ਜ਼ਰੂਰੀ ਬਾਕੀ ਇਹ ਕਈਆਂ ਦਾ ਮਨ 'ਚ ਡਰ ਇਹ ਵੀ ਆ ਕਿ ਭਾਜੀ ਇਹ ਜੇ ਪੂਣ ਬਣਵਾਉਣਾ ਤੇ ਬੀਅਰ ਬੂਅਰ ਦਾਰੂ ਦਰੂ ਪੀ ਕੇ ਬਣਵਾਉਣਾ ਪੈਂਦਾ ਨਹੀਂ ਬਈ ਪੇਨ ਪੂਣ ਦਾ ਕੀ ਸਿਸਟਮ ਆ ਪੇਨ ਬਿਲਕੁਲ ਨਹੀਂ ਸਹਿਣ ਜੋਗੀ ਪੇਨ ਹੁੰਦੀ ਹੈ ਮਤਲਬ ਜੇ ਤੁਸੀਂ ਦਾਰੂ ਪੀ ਕੇ ਬਣਵਾਉਂਦੇ ਹੋ ਤਾਂ ਮਤਲਬ ਆਪਣਾ ਬਲੱਡ ਦੀ ਜਿਹੜਾ ਸਰਕੂਲੇਸ਼ਨ ਹੁੰਦੀ ਹੈ ਨਾ ਉਹ ਤੇਜ਼ ਹੋ ਜਾਂਦੀ ਆ ਤੇਜ਼ ਹੋ ਜਾਂਦੀ ਉਹਦੇ ਨਾਲ ਬੀਪੀ ਘਟਦਾ ਵਧਦਾ ਰਹਿੰਦਾ ਹਾਂ ਖੂਨ ਵੀ ਜ਼ਿਆਦਾ ਸਕਦਾ ਨਾ ਬਾਹਰ ਉਹਦੇ ਕਰਕੇ ਤੇ ਬਾਕੀ ਪਿੰਦਰ ਸਾਡੇ ਨੂੰ ਡਰ ਇਹੋ ਹੀ ਸੀ ਹੁਣ ਤਾਂ ਨਹੀਂ ਡਰ ਰਿਹਾ ਕਿ ਹੁਣ ਤਾਂ ਜਹਾਜ਼ਾਂ ਦਾ ਅੱਡਾ ਬਣਾਉਂ ਲੈ ਇੱਧਰ ਨੌਜਵਾਨ ਗੱਭਰੂ ਐਨਕ ਲਾ ਕੇ ਆਪਦੇ ਲੱਗੇ ਨੇ ਤੇ ਮੋਟੇ ਨਾਲ ਵੀਰ ਜੀ ਸਿਲੈਕਟ ਕਰ ਰਹੇ ਨੇ ਤੇ ਇਹ ਵੀਰ ਦੇ ਕੋਲੇ ਹਨਾ ਰਹਿੰਦੇ ਬਾਈ ਦੇ ਨਾਲ ਹੀ ਕੰਮ ਕਰਦੇ ਆ ਦੋਵੇਂ ਵੀਰ ਵੀ ਬੜੇ ਖਰਾਬ ਆ ਦੋਵੇਂ ਵੇਖੋ ਕੀ ਕਰਦੇ ਆ
चलो बाकी गलत बाद जो बन लगे उदो दस दें ये वीडियो का कम पहला वीडियो उन्होंने उन्होंने उधरों एक पोर्ट्रेट कढ़िया तो इदा ला के वेख हूँ भाजी कि ये साइज पूरा आ सारा कुछ सिस्टम ना देना स्टैप बाय स्टैप हों इधर पिंदर ने भी अपने ने बैंड पाना पिंदर सिलेक्ट कर रहा पिंदर कि कोई होया सिलेक्ट सरपंच वेखन दिया कराऊगा चॉइस ओके डन भाजी ओके ओके हम इस बाद प्रोसैस चलो ये अच्छा जी ठीक है जी चलो चलो ओके लो भाजी मोटे के चेहरे से रहने रौनक टैटू अपना बन गया चल चलिए फाड़े में चलिए मशीन कच्चा बन तो गया सोना बन गया भरावा नहीं हले दूजी मशीन ना भाई दसी के मशीन अद्धे घंटे तो लभन दिया तू कि मूह चक तुर गया बस ओ वेला बांह ते भी मर लिया उ जाके नहीं पिंदर तू भी तैयारी करा कोई अपना भाजी आदल लकड़ियां पता नहीं लागे वैसलीन का भी खास प्रबंध किया गया है मोटे लिए उन्होंने डबल कर ली आ कोटिंग क्योंकि डबल तक करी बांह ही बहुत भारी है जी ते भी इन्हें एल ई डी लाइट ला दी आ चक बी तैयारी है मैं चक दुक फिर चीनी चीनी चंकी करवाई मशीन मशीन थले पे इन चीज दिखा देखो जी यूज हो रही है ना एक्सपायर डेट डेट जी चाहे चेक कर सकते मैं नहीं आती इन इंग्लिश तो सारिया हमने ओपन होनी वेखो बंद हाँ वेखो ना सारा क्यों इनफेक्शन करके सारा वेखो कि नाइस कवर किया इन्होंने पर इन वाले बंद है नहीं से इन सफाई वाले मजा दिया पूछा खिंचन वाले तेनू तो पिंदर मैं तो मजा कुटदा तेनू की तेरे पीड़ होनी तेन मैं दसता बजन रात दे दो ढाई बज चले ते हाले तक टैटू कंप्लीट नहीं होया भाजी कितना टाइम लगना जी होर सुखना भाई दो घंटे तो लगी जाने होर तौबा ऐदा हुंदे आ काम भाजी ऐ माड़ा मोटा वीर काम नहीं करता डिटेलिंग च पूरा वीर कहिंदा सफाई पूरी आ जे टाइम दा कोई चक्कर नहीं ते फिर मोटा भी उदों तक क्या ही बैठा वा ते पिंदर ओ वेलो सुत्ता पिया जे पिंदर बेचारा सुता पाया बाकी हम चली जाता कम तो जो बन गया फिर तुम दिखाने ओके गुड मॉर्निंग फ्रेंड्स गुड मॉर्निंग फ्रेंड मीह पै रहा बहर चुपी गड्डी सुता आ मैं भी रात सौ गया तो बाईजान रात दे नहीं सुते ये वीर भी दोवें सौ गए तो पिंदर भी बनवा रहा हूँ टैटू पिंदर का भी चल रहा वर्क चली जाता वीर कि टाइम लगना पिंदर अजे तीन तो चार घंटे लगने अजे बन चुकी आ इनू नींद है सौ गया बाकी घरे जाके बाकी वेखदे आ मैं बना तो लो भाजी तुम पोर्ट्रेट वेख ही ले कोई ज्यादा महंगे नहीं है ते बाकी वीर ने एक स्पैशल डिस्काउंट आ जिहड़ा जनवरी तक बनाऊगा उन्होंने 50% ऑफ आ कि मान लो जे कोई 20-25 हज़ार का भी टैटू है ना 25 हज़ार का वो 12.5 हज़ार बना के देवे है ना आप जिन्ना महंगा टैटू अद्ध रेट से होगा तो बाकी भाजी आपका एड्रैस दसो कवर करा सब कुछ हो सकता ना हां हां बाकी हुशियारपुर की धरती के वीर ने बहुत ही घंट काम विखाए करिए देख लो भाजी आ देख लो भाई लो जी लो देख लो भाई आ पंकू ओया चलो बहुत बहुत धन्यवाद भाई थैंक यू।
लो जी भाजी आप घरे आ गए थे हुण मम्मी नूं विखाउणे रिएक्शन आखिरी व्लॉग तो उत्थे खत्म होना आ एक बार माड़ा यार फिर वेख लो शाम दा टाइम वेखो किवें लगा ते बाकी चलदे चलो हाँ जी तेन जमा चा नहीं एडा सूइया पता कि प्यार वे लफड़ भी ठुकिया मगरी मम्मी माड़ा जे प्यार जागन दिता तू आपका थोड़ा जा जगया तेरा प्यार चलो वीर जी हुण बड़ा हो गया मम्मी माड़ा जिहा नूं चलो ठीक है आप नहीं चवाऊंगा भाई चंगा चवा चल कपड़े ला सुंगल जे तेन पवा तेन डीसी बना सत श्रीकाल की हाल चाल गुड इवनिंग फ्रेंड्स यार साढ़े तो गुड इवनिंग होगी तुम ब्लॉग तड़के वेखन दे चैनल सबसक्राइब जरूर करो ते कि ना कि माता प्यार आया पर गुस्सा चढ़ गया ठा ठोकती फिर तो ये प्यार कर दो भाजी अपने दिन रात दुगने तिगने सबसक्राइबर बढ़ रहे ब्लॉग वधिया चल रहे तो सत श्रीकाल तुहाडा धन्नवाद आ लव यू ऑल सत श्रीकाल मगर मेहर करे सारयां दे।